ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮੁਅਲੈਕਮ ਆਦਾਬ ਵਰਸ ਮੈਂ ਤੁਹਾਡੀ ਹੋਸਟ ਅਨੀ ਦਮ ਕੋਰਤ ਮਾ ਟੀਵੀ 24 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਹਾਂ ਪ੍ਰੋਗਰਾਮ ਸੱਚਾ ਸੱਚੇ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਬੇਸ਼ਾਮ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਮ ਫੇਅਰ ਸੰਦਰ ਦੇ ਸੰਚਾਲਕ ਡਾਕਟਰ ਮਰਜੀ ਸਿੰਘ ਜੀ ਜਾਨੇ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਆਈ ਐਮ ਸ਼ੂਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਚਾਹੁੰਦੇ ਆਂ ਜੀਰਾਤ ਸਾਹਿਬ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਅਕਲਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸਲਾਮੁਅਲੈਕਮ ਜੀਰਾਤ ਸਾਹਿਬ ਜੀ ਇਹਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀਰਾਤ ਸਾਹਿਬਾ ਜੀ 29 ਪ੍ਰਾਪ 2021 16 ਮਿਸਾਕ ਨਾਲ ਜਿਸ ਸੰਬੰਧ 557 ਦਾ ਦਰ ਹੈ ਦਰਸਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਨ ਦੱਸਦੇ ਹਾਂ ਵੀਵਰਸਾਂ ਜੇ ਤੁਸੀਂ ਹਾਕ ਸਾਚੇ ਇਨਸਾਫ ਤੇ ਪੈਰਾ ਦਿਂਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਿਨ ਕੇਬਲ, ਬੈਲਫਾ ਬਕੂਲਨ ਕੈਨੇਡਾ, ਰੋਕੂ ਜਾਦੂ ਬਾਕਸ, ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵੀਵਰਸ ਜੇ ਤੁਸੀਂ ਟੀਵੀ 84 ਨਾਲ ਜਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਰਜ਼ ਦੇਖ ਸਕਦੇ ਹੋ ਈਵਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਈਵਰਸ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਖਾਲਸਾ ਅਲਾਨ ਦਵਸ ਦੀ 35ਵੀਂ ਸਾਲਗिरा ਹੈ ਔਰ 29 ਅਪ੍ਰੈਲ 1986 ਨੂੰ ਸਰਬੱਤ ਖਾਲਸਾ ਵੱਲੋਂ ਥਾਪੀ ਪੰਜ ਮੈਂਬਰੀ ਪੰਥਕ ਕਮੇਟੀ ਨੇ ਖਾਲਸਾਣ ਦਾ ਜਿਹੜਾ ਐਲਾਨਨਾਮਾ ਜਾਰੀ ਕੀਤਾ ਸੀ ਅਸੀਂ ਆਪਣੀ ਸਮੂੱਚੀ ਸੇ ਕੌਮ ਨੂੰ ਇਸ ਛੁੱਭ ਦਿਨ ਤੇ ਲੱਖ ਲੱਖ ਮੁਬਾਰਕਾਂ ਪੇਸ਼ ਕਰਦੇ ਹਾਂ ਸੋ ਵਿਊਅਰਸ ਅੱਜ ਅਮਰੀਕਾ ਵਿੱਚ ਵਾਸ਼ਿੰਗਟਨ ਡੀਸੀ ਨਿਊਯਾਰਕ ਹਾਂ ਹਿਊਸਟਨ ਅਤੇ ਸਨ ਫ੍ਰਾਂਸਿਸਕੋ ਵਿੱਚ ਇੰਡੀਅਨ ਅਬੈਸੀ ਤੇ ਕੌਂਸੂਲੇਟਾਂ ਦੇ ਬਾਹਰ ਜਿਹੜੇ ਖਾਲਸਾ ਦੇ ਝੰਡੇ ਨੇ ਉਹ ਲਹਿਰਾ ਕੇ ਇਸ ਦਿਨ ਨੂੰ ਮਨਾਇਆ ਗਿਆ ਅਤੇ ਨਾਲ ਹੀ ਖਾਲਸਾਣ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ। ਔਰ ਇਸ ਦੇ ਨਾਲ ਹੀ ਓਕਲਾਹੋਮਾ ਸਟੇਟ ਅਸੈਂਬਲੀ ਵੱਲੋਂ ਸੇਕ ਕੌਮ ਨੂੰ ਮਾਨਤਾ ਦੇਣ ਵਾਲੀ ਇੱਕ ਸਾਈਟੇਸ਼ਨ ਜਿਹੜੀ ਹੈ ਉਵੀ ਮਨਜ਼ੂਰ ਕੀਤੀ ਗਈ ਸੋ ਇਹ ਸਭ ਦੇ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰ ਆਨੇ ਦੇਖੋ ਜਦੋਂ ਤੁਸੀਂ ਸਾਲਗिराਹ ਲਫ਼ਜ਼ ਇਸਤੇਮਾਲ ਕੀਤਾ ਤੇ ਫਿਰ ਇਸ ਗੱਲ ਦਾ ਖਿਆਲ ਆਂਦਾ ਹੈ ਵੀ ਅਸੀਂ ਆਪਣੇ ਬੱਚੇ-ਬੱਚੀਆਂ ਦੇ ਦਿਨ ਜਨਮ ਦਿਨ ਬਰਥ ਐਨੀਵਰਸਰੀਜ਼ ਮਨਾਉਂਦੇ ਜੀ ਤੇ ਉਹਦੇ ਚ ਕਾਮਨਾ ਵੀ ਕਰਦੇ ਹਾਂ ਕਿ ਤੁਮ ਜੀਓ ਹਜ਼ਾਰਾਂ ਸਾਲ ਨਹੀਂ ਸਾਲ ਕੇ ਦਿਨ ਹੋ 50 ਹਜ਼ਾਰ ਜੀ ਜਦੋਂ ਕੌਮਾਂ ਦੀ ਕਿਸਮਤ ਦੇ ਫੈਸਲੇ ਹੁੰਦੇ ਨੇ ਇਤਿਹਾਸ ਦੇ ਵਿੱਚ ਉਹ ਦਿਨ ਖਾਸ ਮੁਬਾਰਕ ਬਣ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਕੌਮ ਕਬੀਲਾ ਨੇਸ਼ਨ ਆਪਣੇ ਸਿਆਸੀ ਮੁਸਤਕਬਲ ਨੂੰ ਨਿਰਧਾਰਤ ਕਰਦਾ ਇਸ ਕਿਸਮ ਦਾ ਫੈਸਲਾ ਲੈਂਦਾ ਜਿਹੜਾ ਪਿੱਛੇ ਨਾਲੋਂ ਆਪਣੇ ਆਪ ਨੂੰ ਤੋੜ ਕੇ ਅੱਗੇ ਵੱਲ ਵਧਣ ਦੀ ਪੇਸ਼ਕਦਮੀ ਹੁੰਦੀ ਹੈ ਔਰ ਖਾਸ ਤੌਰ ਤੇ ਜਦੋਂ ਅਸੀਂ ਕੌਮਾਂ ਦੇ ਭਵਿੱਖ ਦੇਖਦੇ ਹਾਂ ਤੇ ਫਿਰ ਠੀਕ ਮੌਕੇ ਤੇ ਲਿਆ ਠੀਕ ਫੈਸਲਾ ਆਉਣ ਵਾਲੇ ਭਵਿੱਖ ਨੂੰ ਰੌਸ਼ਨ ਵੀ ਕਰ ਸਕਦਾ ਹੈ ਔਰ ਠੀਕ ਮੌਕੇ ਤੇ ਲਿਆ ਗਲਤ ਫੈਸਲਾ ਕੌਮਾਂ ਦੀ ਜ਼ਿੰਦਗੀ ਵਿੱਚ ਹਨੇਰਾ ਵੀ ਕਰ ਸਕਦਾ ਹੈ ਜੇ ਇਹ ਹਨੇਰਾ ਦੇਖਣਾ ਹੋਏ ਕਿਸੇ ਹੋਰ ਪਾਸੇ ਜਾਣ ਦੀ ਲੋੜ ਨਹੀਂ 15 اگست 1947 ਤੋਂ ਪਹਿਲਾਂ ਸਾਡੀ احمدک ਲੀਡਰਸ਼ਿਪ ਵੱਲੋਂ قوم ਦਾ ਮੁستقبل ਘੜਨ ਦੀ ਥਾਂ ਜਾਂ قوم ਦੇ ਮੁستقبل ਬਾਰੇ ਠੀਕ ਫੈਸਲਾ ਲੈਣ ਦੀ ਥਾਂ ਜਿਵੇਂ ਅੱਖਾਂ ਬੰਦ ਕਰਕੇ ਆਪਣੀ ਕਿਸਮਤ ਆਪਣਾ ਫਿਊਚਰ ਆਪਣਾ ਕਿਸਮਤ ਘੜਨ ਦਾ ਹੱਕ ਬ੍ਰਾਹਮਣਵਾਦੀਆਂ ਦੇ ਹਵਾਲੇ ਕਰ ਦਿੱਤਾ ਗਿਆ ਗਾਂਧੀ ਨਹਿਰੂ ਤੇ ਇਤਬਾਰ ਕੀਤਾ ਗਿਆ ਉਸ ਦਾ ਖਮਿਆza ਅਸੀਂ ਪਿਛਲੇ ਲਗਭਗ 74 ਸਾਲ ਤੋਂ ਲਗਾਤਾਰਤਾ ਨਾਲ ਭੋਗ ਰਹੇ ਇੱਕ ਤੋਂ ਬਾਅਦ ਇੱਕ ਨਸ਼ਲਕੁਸ਼ੀ ਇੱਕ ਤੋਂ ਬਾਅਦ ਇੱਕ ਸਿੱਖਾਂ ਦੇ ਸਰਬਨਾਸ਼ ਦੀ ਉਹਨਾਂ ਦੀ ਨੀਤੀ ਉਸ ਦਾ ਨੰਗਾ ਨਾਚ ਬਿਸ਼ੱਕ ਸ਼ੁਰੂਆਤ ਤਾਂ ਇਕਦਮ ਬਾਅਦ 10 ਅਕਤੂਬਰ 1947 ਤੋਂ ਜਦੋਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਕ੍ਰਿਮੀਨਲ ਟ੍ਰਾਈਵਲ ਆਨੇ ਆ ਗਿਆ ਉਦੋਂ ਹੀ ਸ਼ੁਰੂ ਹੁੰਦੀ ਹੈ ਪਰ ਅਖਾਤੀ ਆਜ਼ਾਦੀ ਤੋਂ 37 ਸਾਲ ਬਾਅਦ ਜੂਨ 84 ਦੇ ਪਹਿਲੇ ਹਫਤੇ ਸਾਡੇ ਅਕਾਲ ਤਖਤ ਜਿਹੜੀ ਸਾਡੀ ਟੈਂਪੋਰਲ ਸੀਟ ਹੈ ਹਰਮੰਦਰ ਸਾਹਿਬ ਜਿਸ ਦਾ ਕਦੇ ਨਹੀਂ ਪੱਥਰ ਰਖਵਾਣ ਲਈ ਗੁਰੂ ਅਰਜਨ ਸਾਹਿਬ ਨੇ ਪਾਲਕੀ ਭੇਜ ਕੇ ਲਾਹੌਰ ਤੋਂ ਸਾਈ ਮੀਆਂ ਮੀਰ ਜੀ ਨੂੰ ਬੁਲਾਇਆ ਸੀ ਉਸ ਮੁਕੱਦਸ ਮﻘਾਮ ਦੇ ਉੱਤੇ ਤੇ 37 ਹੋਰ ਇਤਿਹਾਸਕ ਗੁਰਦੁਆਰੇ ਜਿਹੜੇ ਪੰਜਾਬ ਦੇ ਵਿੱਚ ਵੀ ਨੇ हरियाणा ਵੀ ਹਿਮਾਚਲ ਚ ਵੀ ਉਹਨਾਂ ਦੇ ਉੱਤੇ ਟੈਂਕਾਂ ਤੋਪਾਂ ਨਾਲ ਧਾਵਾ ਬੋਲਿਆ ਗਿਆ ਇਹ ਟੋਟਲ ਵਾਰ ਦੀ ਬਿਗਨਿੰਗ ਸੀ ਸਿੱਖਾਂ ਦੇ ਖਿਲਾਫ ਔਰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਨਵੰਬਰ 84 ਦੀ ਨਸਲ ਕੁਸ਼ੀ ਔਰ ਬਾਕੀ ਕਿਵੇਂ ਅੱਜ ਤੱਕ ਉਹ ਨਸਲ ਕੁਸ਼ੀ ਦਾ ਇੱਕ ਤੋਂ ਬਾਅਦ ਇੱਕ ਦੌਰ ਉਹ ਫਿਜ਼ੀਕਲ ਫਾਰਮ ਚ ਹੋਏ ਉਹ ਸਟੈਟਿਸਟਿਕਲ ਹੋਏ ਉਹ ਹਿਸਟੋਰੀਕਲ ਹੋਏ ਔਰ ਅੱਜ ਜਦੋਂ 26 ਨਵੰਬਰ ਤੋਂ ਲੈ ਕੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਲੱਖਾਂ ਦੀ ਗਿਣਤੀ ਚ ਬੈਠੇ ਨੇ ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ 47 ਤੋਂ ਬਾਅਦ ਅਕਾਲੀ ਲੀਡਰਸ਼ਿਪ ਨੇ ਇਹ ਕੋਸ਼ਿਸ਼ ਕੀਤੀ ਕਿ ਇੱਕ ਗੁਨਾਹ ਤਾਂ ਹੋ ਗਿਆ ਕਿ ਅਸੀਂ ਆਪਣੀ ਕਿਸਮਤ ਆਪ ਕੜਨ ਦਾ ਹੱਕ ਇਹਨਾਂ ਬ੍ਰਾਹਮਣਵਾਦੀਆਂ ਦੇ ਹਵਾਲੇ ਕਰ ਦਿੱਤੇ ਪਰ ਫਿਰ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸ਼ਾਇਦ ਇਹਨਾਂ ਦੀ ਜ਼ਮੀਰ ਨੂੰ ਟੁੰਬਿਆ ਜਾ ਸਕੇ ਸ਼ਾਇਦ ਅਮਨ ਪਸੰਦ ਤਰੀਕੇ ਦੇ ਨਾਲ ਇੰਡੀਅਨ ਯੂਨੀਅਨ ਦੇ ਵਿੱਚ ਸਿੱਖ ਕੌਮ ਆਪਣੀ ਉਹ ਥਾਂ ਹਾਸਲ ਕਰ ਸਕੇ ਜਿੱਥੇ ਕਿ ਉਹਨਾਂ ਦੀ ਰਿਲੀਜੀਅਸ ਪੋਲੀਟੀਕਲ ਸੋਸ਼ਲ ਇਕਨੋਮਿਕਲ ਐਸਪੀਰੇਸ਼ਨਸ ਜਿਹੜੀਆਂ ਨੇ ਉਹ ਫੁੱਲਫਿਲ ਹੋ ਸਕਣ بار بار ਉਸ ਵੇਲੇ ਦੇ ਲੀਡਰਾਂ ਨੂੰ ਨਹਿਰੂ ਨੂੰ ਔਰ ਪਟੇਲ ਨੂੰ ਉਹਨਾਂ ਦੇ ਵਾਅਦੇ ਯਾਦ ਕਰਵਾਏ ਗਏ ਔਰ ਇੱਕੋ ਹੀ ਲਾਈਨ ਜਿਹੜੀ ਇਸ ਬੇਵਫਾਈ ਔਰ ਝੂਠੇ ਔਰ ਫਰੇਬੀ ਲੋਕਾਂ ਦੇ ਅੰਦਰ ਨੂੰ ਬਿਆਨ ਕਰਦੀ ਹੈ ਨਹਿਰੂ ਨੇ ਇਹ ਕਹਿ ਕੇ ਕਿ ਸਰਕਮਸਟੈਂਸਸ ਹੈਵ ਨਾਊ ਚੇਂਜਡ ਤਬ ਬਾਤ ਔਰ ਥੀ ਅਬ ਬਾਤ ਔਰ ਹੈ ਔਰ ਫਿਰ ਪੰਜਾਬੀ ਜ਼ਬਾਨ ਦੀ ਰੈਕਗਨੀਸ਼ਨ ਦਾ ਮਾਮਲਾ ਹੋਏ ਜਿਹਨੂੰ ਪੰਜਾਬੀ ਸੂਬੇ ਦਾ ਮੋਰਚਾ ਕਿਹਾ ਜਾਂਦਾ ਹੈ ਔਰ ਜੇ ਇੱਕ ਲੰਬੇ ਸੰਘਰਸ਼ ਤੋਂ ਬਾਅਦ ਲਗਭਗ 1950ਵਿਆਂ 'ਚ ਸ਼ੁਰੂ ਹੋਇਆ ਸੰਘਰਸ਼ 1966 ਦੇ ਵਿੱਚ ਜਾ ਕੇ ਪਹਿਲੀ ਨਵੰਬਰ ਨੂੰ ਪੰਜਾਬੀ ਸੂਬੇ ਦੀ ਮੰਗ ਮੰਨੀ ਜਾਂਦੀ ਹੈ ਤੇ ਫਿਰ ਪੰਜਾਬ ਦੇ ਬਹਿਸਟ ਦੇ ਉੱਤੇ ਜਾਂ ਪੰਜਾਬ ਨੂੰ ਬਲੀ ਦਾ ਬੱਕਰਾ ਬਣਾ ਕੇ ਅਸਲ 'ਚ ਹਰਿਆਣਾ ਔਰ ਹਿਮਾਚਲ ਬਣਾਏ ਜਾਂਦੇ ਨੇ ਔਰ ਜਿਹੜਾ ਇਹ ਲੂਲਾ ਲੰਗੜਾ ਜਿਸ ਨੂੰ ਸਰਦਾਰ ਕਪੂਰ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਸਨ ਉਸ ਵੇਲੇ ਉਹਨਾਂ ਨੇ ਪਾਰਲੀਮੈਂਟ ਚ ਕਿਹਾ ਸੀ ਕਿ ਇਹ ਰਾਟਨ ਐਗ ਹੈ ਸੜਾਂਦ ਮਾਰਦਾ ਅੰਡਾ ਹੈ ਜਿਸ ਚ ਸਾਡੇ ਸਾਰੇ ਹੱਕ ਖੋਲੇ ਗਏ ਨੇ ਪੰਜਾਬੀ ਬੋਲਦੇ ਇਲਾਕੇ ਹਰਿਆਣਾ ਹਿਮਾਚਲ ਨੂੰ ਦੇ ਦਿੱਤੇ ਗਏ ਨੇ ਔਰ ਸਭ ਤੋਂ ਵੱਡੀ ਤਰਾਸਤੀ ਕਿ ਸਾਡੀ ਉਹ ਜਿਹਦੀ ਇਕਨੋਮੀ ਦਾ ਜਾਂ ਜਿਹਦੀ ਰੀੜ ਦੀ ਹੱਡੀ ਐ ਐਗਰੀਕਲਚਰ ਐ ਔਰ ਐਗਰੀਕਲਚਰ ਦਾ ਆਧਾਰ ਜੇ 10 ਸਾਲ ਤੋਂ ਉਸ ਖਿੱਤੇ ਵੱਲ ਦੇਖੀਏ ਜਿਹਨੂੰ ਪੰਜ ਆਬਾਂ ਦੀ ਧਰਤੀ ਕਹਿੰਦੇ ਨੇ ਤੇ ਉਸ ਦਾ ਦੀ ਬੈਕਬੋਨ ਜਿਹੜੀ ਆ ਉਹ ਜ਼ਰਾਇਤ ਹੈ ਔਰ ਉਸ ਨੂੰ ਕੋਈ ਵੀ ਜ਼ਮੀਨ ਜਿਹੜੀ ਆ ਉਹ ਫਰਟਲ ਬਣਦੀ ਹੈ ਜਾਂ ਉਪਜਾਊ ਬਣਦੀ ਹੈ ਤੇ ਉਹ ਪਾਣੀ ਉਹਦਾ ਬੇਸ ਹੈ ਔਰ ਇਸ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਦੇ ਵਿੱਚ ਆਰਟੀਕਲ 78 79 80 ਉਹ ਘਸੋੜੇ ਗਏ ਜਿਨ੍ਹਾਂ ਦੇ ਥੱਲੇ ਇੰਟਰਨੈਸ਼ਨਲ ਰਾਈਪੇਰੀਅਨ ਲਾ ਨੂੰ ਫਲਾਉਟ ਕਰਦੇ ਆ ਅੱਛਾ ਆਪਣੇ ਇੰਡੀਅਨ ਕਨਸਟੀਟਿਊਸ਼ਨ ਨੂੰ ਵੀ ਫਲਾਉਟ ਕਰਦੇ ਆ ਪੰਜਾਬ ਦੇ ਪਾਣੀ ਖੋ ਕੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਦਿੱਤਾ ਗਿਆ ਔਰ ਪੰਜਾਬ ਦੇ ਤਿੰਨ ਦਰਿਆਵਾਂ ਦਾ ਪਾਣੀ ਸਤਲੁਜ ਬਿਆਸ ਰਾਵੀ ਦਾ ਜਿਹੜੇ ਤਿੰਨ ਦਰਿਆ ਇੰਡਸ ਵਾਟਰ ਟ੍ਰੀਟੀ ਜਿਹੜੀ ਪਾਕਿਸਤਾਨ ਦੇ ਨਾਲ ਸਾਈਨ ਹੋਈ 1960 ਚ ਉਹਦੇ ਥੱਲੇ ਈਸਟਰਨ ਪੰਜਾਬ ਦੀ ਮਲਕੀਅਤ ਸਨ ਉਹਨਾਂ ਦਾ ਲਗਭਗ 3/4 ਹਿੱਸਾ 3/4 ਨਾਨ ਰਾਈਪੇਰੀਅਨ ਸਟੇਟਸ ਜਿਨ੍ਹਾਂ ਨੂੰ ਇਹ ਦਰਿਆ ਟੱਚ ਵੀ ਨਹੀਂ ਕਰਦੇ ਰਾਜਸਥਾਨ ਔਰ ਹਰਿਆਣੇ ਨੂੰ ਦੇ ਦਿੱਤਾ ਗਿਆ ਪਰ ਇਹ ਸਾਡੀ ਸਟਰਗਲ ਜਿਹੜੀ 1966 ਚ ਪੰਜਾਬੀ ਸੂਬੇ ਤੱਕ ਸੀ ਫਿਰ ਹੋਇਆ ਕਿ ਜੀ ਪੰਜਾਬੀ ਸੂਬਾ ਮੁਕੰਮਲ ਕਰੋ ਸਾਡੀ ਰਾਜਧਾਨੀ ਚੰਡੀਗੜ੍ਹ ਬਾਹਰ ਕੱਢ ਲਈਏ ਪੰਜਾਬੀ ਬੋਲਦੇ ਇਲਾਕੇ ਤੁਸੀਂ ਬਾਹਰ ਕੱਢ ਲੈਨੇ ਪਾਣੀ ਸਾਡੇ ਖੋਲੇ ਨੇ ਔਰ 1966 ਤੋਂ ਹੀ ਜਿਹੜੀ ਸ਼ੁਰੂ ਹੋਈ ਸਟਰਗਲ ਜਿਹਦੇ ਵਿੱਚ 80 ਸਾਲਾ ਬਜ਼ੁਰਗ ਸਰਦਾਰ ਦਰਸ਼ਨ ਸਿੰਘ ਫੈਰੂਮਾਨ ਨੇ ਲਗਭਗ 74 ਦਿਨ ਮਰਨ ਵਰਤ ਰੱਖ ਕੇ ਆਪਣੀ ਕੁਰਬਾਨੀ ਦਿੱਤੀ ਪਰ ਇਹਨਾਂ ਦੇ ਕੰਨਾਂ ਤੇ ਝੂ ਨਹੀਂ ਸਰਕੀ ਔਰ ਫਿਰ 1964 ਤੋਂ ਅਸੀਂ 1982 ਤੱਕ ਪਹੁੰਚ ਜਾਂਦੇ ਹਾਂ ਕਿ 16 ਸਾਲ ਬਾਅਦ ਇਸ ਪੀਰੀਅਡਸ ਵੀ ਮੋਰਚੇ ਲੱਗਦੇ ਰਹੇ ਮਥੇ ਪਾਸ ਹੁੰਦੇ ਰਹੇ ਫਿਰ ਧਰਮ ਯੁੱਧ ਮੋਰਚਾ ਜਿਹੜਾ 1982 ਦੇ ਵਿੱਚ ਸ਼ੁਰੂ ਹੁੰਦਾ ਜਦੋਂ ਤੱਕ ਸੰਤ ਅਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿਹੜੇ ਨੇ ਪੰਥਕ ਪਲੇਟਫਾਰਮ ਤੇ ਉੱਭਰਦੇ ਨੇ ਔਰ ਧਰਮਯੁੱਧ ਮੋਰਚਾ ਕੋਈ ਭਾਰਤ ਤੋਂ ਅੱਡ ਹੋਣ ਦੀ ਮੰਗ ਨਹੀਂ ਸੀ ਧਰਮਯੁੱਧ ਮੋਰਚੇ ਦਾ ਆਧਾਰ ਅਨੰਦਪੁਰ ਸਾਹਿਬ ਦਾ ਮਤਾ ਸੀ ਰੈਜ਼ੋਲੂਸ਼ਨ ਸੀ ਜਿਹਦੇ ਥੱਲੇ ਭਾਰਤ ਨੂੰ ਇੱਕ ਟ੍ਰੂਲੀ ਫੈਡਰਲ ਕੰਟਰੀ ਬਣਾਉਣ ਦੀ ਮੰਗ ਸੀ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੇ ਹੱਕਾਂ ਦੀ ਗੱਲ ਸੀ ਲੇਕਿਨ ਇਹ ਸੀ ਕਿ ਸੈਂਟਰ ਗਵਰਨਮੈਂਟ ਤਿੰਨ ਚਾਰ ਮਹਿਕਮੇ ਆਪਣੇ ਕੋਲ ਰੱਖ ਕੇ ਜਿਹੜਾ ਉਹ ਬਾਕੀ ਦੇ ਜਿਹੜੇ ਸਾਰੇ ਸਟੇਟਾਂ ਨੂੰ ਦੇ ਔਰ ਉਹ ਵੀ ਅਨੰਦਪੁਰ ਦਾ ਮਤਾ ਹੈ ਐਕਚੁਅਲੀ ਟ੍ਰੂ ਫੈਡਲ ਸਟਰਕਚਰ ਦੀ ਗੱਲ ਕਰਦਾ ਸੀ ਔਰ ਉਸ ਧਰਮਯੁੱਧ ਮੋਰਚੇ ਦੇ ਵਿੱਚ 2 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਪੀਸਫੁਲੀ 1982 ਤੋਂ 1984 ਤੱਕ ਪਰ ਮੰਗਾਂ ਤਾਂ ਕੀ ਮੰਨਣੀਆਂ ਸੀ ਰਾਤ ਤਾਂ ਕੀ ਦੇਣੀ ਸੀ ਅਕਾਲੀ ਲੀਡਰਸ਼ਿਪ ਜਾਂ ਸਿੱਖੇ ਤਵਕਕ ਕਰਦੇ ਸੀ ਕਿ ਭਾਈ ਸਾਡੇ ਨਾਲ ਫੇਰ ਡੀਲ ਹੋਏਗੀ ਇੰਦਰਾ ਗਾਂਧੀ ਦੀ ਹਕੂਮਤ ਕੋਈ ਸਮਝੌਤਾ ਕਰੇਗੀ لیکن ਉਹ ਤਾਂ ਸਿੱਖ ਕੌਮ ਦੀ ਅਲਖ ਮਟਾਉਣ ਦੀ ਨੀਤੀ ਦੇ ਉੱਤੇ ਸੋਵੀਅਤ ਜੇ ਖੁਫੀਆ ਏਜੰਸੀ ਕੇ ਜੀਬੀ ਇੰਗਲੈਂਡ ਦੀ ਜਿਹੜੀ ਹੈ ਉਹ ਖੁਫੀਆ ਏਜੰਸੀ ਮਾਰਗਰਟ ਥੈਚਰ ਉਹਨਾਂ ਦੇ ਨਾਲ ਮੋਸਾਦ ਔਰ ਹੋਰ ਕੌਣ-ਕੌਣ ਰਲਿਆ ਹੋਇਆ ਸੀ ਇਹਦੇ ਸਬੂਤ ਹੌਲੀ-ਹੌਲੀ ਸਾਹਮਣੇ ਆਉਣਗੇ ਔਰ ਕਿਵੇਂ ਉਹਨਾਂ ਨੇ ਕਈ ਮਹੀਨੇ ਪਹਿਲਾਂ ਇਹ ਤਿਆਰੀ ਅਰੰਭੀ ਹੋਈ ਸੀ ਕਿ ਕਿਵੇਂ ਅਕਾਲ ਤਖਤ ਜਿੱਥੋਂ ਇਹ ਮੋਰਚੇ ਲائے ਜਾਂਦੇ ਨੇ ਜਿੱਥੋਂ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਗਿਆ ਸੀ ਜਿਹੜਾ 4 ਸਦੀਆਂ ਪਹਿਲਾਂ ਸਾਡਾ ਟੈਂਪੋਰਲ ਤਖਤ ਕਿ ਇਹਨੂੰ ਹੀ ਅਸੀਂ ਮਿੱਟੀ ਚ ਮਿਲਾ ਦੇਾਂਗੇ ਔਰ ਸਿੱਖਾਂ ਨੂੰ ਜਿਹੜੇ ਆਪਣੇ ਗੁਰਦੁਆਰਿਆਂ ਤੋਂ ਪ੍ਰੇਰਣਾ ਲੈਂਦੇ ਨੇ ਉਹਨਾਂ ਨੂੰ ਹੀ ਅਸੀਂ ਡਿਸਟਰੋਏ ਕਰਦੇਾਂਗੇ ਔਰ ਇਹ ਜੂਨ ਦੇ ਪਹਿਲੇ ਹਫ਼ਤੇ 1984 ਦੇ ਵਿੱਚ ਫੁੱਲ ਸਕੇਲ ਇਹ ਅਨ ਡਿਕਲੇਰਡ ਵਾਰ ਸਰਬਨਾਸ਼ਤੀ ਇਹ ਇਹਨਾਂ ਨੂੰ ਬਿਲਕੁਲ ਡਿਸਟਰੋਏ ਕਰਨੇ ਇਸ ਦੀ ਸ਼ੁਰੂਆਤ ਹੁੰਦੀ ਹੈ ਬਿਲਕੁਲ 20ਵੀਂ ਸਦੀ ਚ ਜਿਹੜੇ ਇੱਕ ਸਿੱਖ ਯੋਗਪੁਰਸ਼ ਦੇ ਤੌਰ ਤੇ ਉੱਭਰਦੇ ਨੇ ਸੰਜਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿਨ੍ਹਾਂ ਨੇ ਧਰਮ ਯੁੱਧ ਮੋਰਚੇ ਦੀ ਅਗਵਾਈ ਕੀਤੀ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਹੋਈ ਸੀ ਇੱਕ ਗੱਲ ਇਸ ਗੱਲ ਨੂੰ ਮੈਂ ਵਾਜ਼ਿਹਾ ਕਰ ਦਿਆਂ ਕਿ ਸਿੱਖਾਂ ਦੀ ਸੋਵਰਨਿਟੀ ਬਾਦਸ਼ਾਹਤ ਦੀ ਗੱਲ ਤਾਂ 1699 ਈਸਵੀ ਚ ਜਦੋਂ ਖਾਲਸਾ ਪੰਥ ਸਾਜਿਆ ਜਾਂਦਾ ਹੈ ਉਸ ਦੇ ਨਾਲ ਹੀ ਦਸਵੇਂ ਪਾਤਸ਼ਾਹ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਦੇ ਨਾਲ ਖਾਲਸੇ ਨੂੰ ਸੌਵਰਨ ਬਣਾ ਦਿੰਦੇ ਨੇ ਔਰ ਇਹੀ ਡੈਫੀਨੇਸ਼ਨ ਜਦੋਂ ਅਸੀਂ ਪ੍ਰਾਚੀਨ ਪੰਥ ਪ੍ਰਕਾਸ਼ ਜਿਹੜਾ ਸਾਡੇ ਇਤਿਹਾਸ ਦਾ ਸਭ ਤੋਂ ਪੁਰਾਤਨ ਸੋਰਸ ਹੈ ਉਹਦੇ ਵਿੱਚ ਦੇਖਦੇ ਕਿ ਖਾਲਸਾ ਬਾਦਸ਼ਾ ਜਾਂ ਬਾਗੀ ਜਾਂ ਖਾਲਸਾ ਸੌਵਰਨ ਨੇ ਜਾਂ ਆਪਣੀ ਸੋਵਰਨਿਟੀ ਲਈ ਲੜ ਰਹੇ ਗੁਲਾਮੀ ਲਫਜ਼ ਇਹ ਸਿੱਖ ਦੇ ਜ਼ਿੰਦ ਵਿੱਚ ਨਹੀਂ ਹੈ ਕਿਉਂਕਿ ਸਿੱਖ ਕਦੇ ਗੁਲਾਮੀ ਕਬੂਲਦਾ ਨਹੀਂ ਹੈ ਔਰ ਇਹ ਸਾਡਾ ਪਿਛਲੀਆਂ 2.5 3 ਸਦੀਆਂ ਦਾ ਇਤਿਹਾਸ 1699 ਤੋਂ ਅਸੀਂ ਹੁਣ 2021 ਚ ਗੱਲ ਕਰ ਰਹੇ ਹਾਂ ਇਸ ਗੱਲ ਦੀ ਸ਼ਾਦੀ ਪਰਦਾ ਹੈ ਕਿ ਸਿੱਖਾਂ ਨੇ ਬਿਸ਼ੱਕ ਗਿਣਤੀ ਘੱਟ ਰਹਿ ਗਈ ਬੇਸ਼ੱਕ ਪੰਜਾਬ ਦੀ ਧਰਤੀ ਛੱਡਣੀ ਪਈ 18ਵੀਂ ਸਦੀ ਚ ਉਹ ਬੀकानेर ਹੋਏ ਉਹ ਦੂਸਰੇ ਥਲ ਹੋਣ ਡੇਜ਼ਰਟ ਹੋਣ ਜੰਗਲ ਹੋਣ ਲੇਕਨ ਖਾਲਸੇ ਨੇ ਇੱਕੋ ਹੀ ਆਪਣਾ ਨਿਸ਼ਾਨਾ ਰੱਖਿਆ ਕਿ ਹਮ ਪਾਤਸ਼ਾਹੀ ਸਤਗੁਰ ਦੇਈ ਹੰਨੇ ਹੰਨੇ ਲਾਏ ਜਹ ਜਹ ਬਹਿ ਜ਼ਮੀਨ ਮਲ ਤਹ ਤਹ ਤਖਤ ਬਣਾਏ ਕਿ ਸਾਨੂੰ ਪਾਤਸ਼ਾਹਤ ਸੋਵਰਨਿਟੀ ਗੁਰੂ ਨੇ ਬਖਸ਼ੀ ਹੋਈ ਹੈ ਖਾਲਸਾ ਜਿੱਥੇ ਵੀ ਬੈਠੇਗਾ ਉੱਥੇ ਉਹਦਾ ਤਖਤ ਹੈ ਪਰ ਅਸੀਂ ਆਪਣੀ ਧਰਤੀ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ ਦੱਖਣੀ ਪੱਛਮੀ ਕਿੰਮ ਲੈ ਜਾਹੇ ਕਿ ਸਾਡੇ ਧਰਤੀ ਦੀ ਦੌਲਤ ਸਿੱਖਾਂ ਦਾ ਇਸ ਦੇ ਉੱਤੇ ਬਰਾਬਰ ਦਾ ਹੱਕ ਹੈ ਦੱਖਣ ਤੋਂ ਆਣ ਵਾਲੇ ਲੁਟੇਰੇ ਮਰਾਠੇ ਜਾਂ ਦਰਾ ਖੈਬਰ ਪਾਰ ਤੋਂ ਆਣ ਵਾਲੇ ਜਿਹੜੇ ਨੇ ਉਹਨਾਂ ਨੂੰ ਅਸੀਂ ਇਸ ਨੂੰ ਲੁੱਟਣ ਨਹੀਂ ਦੇਵਾਂਗੇ ਔਰ ਇਤਿਹਾਸ ਗਵਾਹ ਕਿ ਕਿਵੇਂ ਇੱਕ ਸਦੀ ਖਾਲਸੇ ਨੇ ਕੋੜਿਆਂ ਦੀਆਂ ਕਾਠੀਆਂ ਨੂੰ ਘਰ ਬਣਾਇਆ ਸਾਡੀਆਂ ਮਾਤਾਵਾਂ ਭੈਣਾਂ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਕਿਵੇਂ ਜਿਹੜੇ ਨੇ ਉਹ ਉਹਨਾਂ ਸਾਰੇ 18ਵੀਂ ਸਦੀ ਤੋਂ ਅੱਜ ਤੱਕ ਦੇ ਜਦੋਂ ਅਸੀਂ ਘੱਲੂਕਾਰਿਆਂ ਦੀ ਗੱਲ ਕਰਦੇ ਆਂ ਤੇ ਸਾਡੀ ਦੋ ਵੇੜੇ ਦੀ ਅਰਦਾਸ ਜਦੋਂ ਅਸੀਂ ਰਿਮਾਈਂਡਰ ਲੈਂਦੇ ਆਂ ਅਕਾਲ ਪੁਰਖ ਦੇ ਰੂਬਰੂ ਕਿ ਭਾਈ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਣ ਨਾਲ ਨਿਭਾਈ ਇਹ ਆਪਣੇ ਆਪ ਨੂੰ ਰੋਜ਼ਾਨਾ ਹਰ ਸਿੱਖ ਰਿਮਾਈਂਡ ਕਰਵਾਉਂਦਾ ਹੈ ਕਿ ਅਸੀਂ ਰਾਜ ਕਰੇਗਾ ਖਾਲਸਾ ਤੱਕ ਪਹੁੰਚਣ ਦੇ ਲਈ ਘੱਲੂ ਘਾਰਿਆਂ ਦੇ ਸਫਰਾਂ ਨੂੰ ਤੈਅ ਕਰਨ ਵਾਲੀ ਕੌਮ ਹੈ ਕੱਲੂ ਕਾਰੇ ਸਾਡੇ ਹੌਸਲੇ ਨੂੰ ਪਸਤ ਨਹੀਂ ਕਰ ਸਕਦੇ ਅਸੀਂ ਤਾਂ ਉਹ ਪੜਨ ਵਾਲੇ ਆ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸਵਾਏ ਹੋਏ ਔਰ ਇਸ ਸਾਰੀ ਅਗਵਾਈ ਨੂੰ ਜਿਹੜੀ ਸਵਾਰਨਟੀ ਦੀ ਹੈ ਸੰਜਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਸਿੱਖ ਕੌਮ ਦਾ ਇੰਡੀਅਨ ਸਟੇਟ ਨਾਲ ਕੀ ਰਿਲੇਸ਼ਨਸ਼ਿਪ ਹੋਏਗਾ ਜੇ ਭਾਰਤੀ ਫੌਜ ਦਰਬਾਰ ਸਾਹਿਬ ਤੇ ਹਮਲਾਵਰ ਹੁੰਦੀ ਹੈ ਸਾਡੇ ਅਕਾਲ ਤਖਤ ਤੇ ਹਮਲਾਵਰ ਹੁੰਦੀ ਹੈ ਔਰ ਉਹ ਸੰਤਾਂ ਦੇ ਲਫ਼ਜ਼ ਨੇ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ ਪਰ ਬਰਾਬਰ ਦੇ ਸ਼ਹਿਰੀ ਬਣ ਕੇ ਗੁਲਾਮ ਬਣ ਕੇ ਨਹੀਂ ਅੱਛਾ ਜਿਸ ਦਿਨ ਭਾਰਤੀ ਫੌਜ ਦੇ ਨਾਪਾਕ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਸਤਾਨ ਦੀ ਨਹੀਂ ਰੱਖੀ ਜਾਵੇ ਹੁਣ ਜ਼ਾਹਰ ਹੈ ਕਿ ਜੂਨ 84 ਉਹ ਫਾਈਨਲ ਵਾਟਰਸ਼ੈਡ ਹੈ ਜਿਸ ਨੇ ਰਿਸ਼ਤੇ ਸਪਸ਼ਟ ਕਰ ਦਿੱਤੇ ਕਿ ਨੋ ਮੋਰ ਵਿਦ ਇੰਡੀਆ ਹੁਣ ਉਹ ਦੌਰ ਸੀ ਕਿ ਭਾਰਤੀ ਏਜੰਸੀਆਂ ਨੇ ਬੜੀ ਚਲਾਕੀ ਦੇ ਨਾਲ ਇਹ ਅਫਵਾਹ ਜਿਹੜੀ ਹੈ ਸਿੱਖ ਹਲਕਿਆਂ ਦੇ ਵਿੱਚ ਯਕੀਨ ਵਾਂਗ ਬਣਾ ਦਿੱਤੀ ਕਿ ਸੰਜਨੈਤ ਸਿੰਘ ਪਿੰਡਾਂ ਵਾਲੇ ਉੱਥੋਂ ਸੇਫ ਨਿਕਲ ਗਏ ਨੇ ਇਹ ਵੀ ਖਬਰਾਂ ਪਲਾਂਟ ਕੀਤੀਆਂ ਗਈਆਂ ਕਿ ਉਹ ਪਾਕਿਸਤਾਨ ਚ ਪਹੁੰਚ ਗਏ ਨੇ ਚੀਨ ਚ ਪਹੁੰਚ ਗਏ ਨੇ ਕਿਉਂਕਿ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਜੂਨ 84 ਚ ਜਦੋਂ ਇਹ ਹਮਲਾ ਹੋ ਜਾਂਦਾ ਹੈ ਫਿਰ 2 ਸਾਲ ਕਿਉਂ ਲੱਗਦੇ ਨੇ ਖਾਲਸਾਣ ਦੇ ਗੋੜ ਨੂੰ ਐਲਾਨਣ ਦੇ ਲਈ ਉਹਦੇ ਚ ਇੱਕ ਬਿਸ਼ੱਕ ਲੜਾਈ ਹਥਿਆਰਬੰਦ ਸਾਡੀ ਉਸ ਤੋਂ ਇੱਕਦਮ ਬਾਅਦ ਸ਼ੁਰੂ ਹੋ ਜਾਂਦੀ ਹੈ ਸਟੇਟ ਨੂੰ ਚੈਲੰਜ ਕਰਦੇ ਆ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਜਾਂਦਾ ਹੈ ਅਗਲੇ ਵਰਿਆਂ ਦੇ ਵਿੱਚ ਜਰਨਲ ਵੈਧਿਆ ਜਿਹੜਾ ਫੌਜਾਂ ਦਾ ਕਮਾਂਡਰ ਸੀ ਉਹਨੂੰ ਸਜ਼ਾ ਯਾਫਤਾ ਕੀਤਾ ਜਾਂਦਾ ਹੈ ਸਾਡੀਆਂ ਜੁਝਾਰੂ ਜਥੇਬੰਦੀਆਂ ਪੰਜਾਬ ਦੇ ਵਿੱਚ ਜਿਹੜਾ ਉਹ ਹਿਟਲੀ ਉੱਤੇ ਲਿਆ ਦਿੰਦੀਆਂ ਨੇ ਇਹਨਾਂ ਨੂੰ ਹੱਥਾਂ ਪੈਰਾਂ ਦੀ ਪਾਈ ਹੁੰਦੀ ਹੈ ਪਰ ਇਹ ਇੱਕ ਵੱਡਾ ਕਾਰਨ ਸੀ ਕਿ ਇਹ ਗੱਲ ਕਾਫੀ ਜਿਹੜੀ ਹੈ ਉਹ ਸਾਰੇ ਪਾਸੇ ਘੁੰਮੀ ਹੋਈ ਸੀ ਔਰ ਉਹਨਾਂ ਆਰਗੇਨਾਈਜੇਸ਼ਨਸ ਨੂੰ ਜਾਂ ਸੰਸਥਾਵਾਂ ਨੂੰ ਸਾਡੀ ਜੂਝਾਰੂ ਲੀਡਰਸ਼ਿਪ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੀ ਜਾਂ ਟਕਰਾਅ ਨਹੀਂ ਸੀ ਹੋਣਾ ਚਾਹੁੰਦੀ ਇਹੀ ਕਾਰਨ ਸੀ ਪਰ ਜ਼ਾਰ ਹੈ ਕਿ ਜਿਹੜੇ ਹਕੀਕਤ ਨੂੰ ਸਮਝਦੇ ਸੀ ਉਹਨਾਂ ਨੇ ਫਾਈਨਲੀ 26 ਜਨਵਰੀ 1986 ਦਾ ਸਰਬੱਤ ਖਾਲਸਾ ਕਾਲ ਕੀਤਾ ਹੈ ਅਕਾਲ ਤਖਤ ਤੇ ਜੀ ਸਰਬੱਤ ਖਾਲਸਾ ਸਾਡੀ 18ਵੀਂ ਸਦੀ ਦੀ ਉਹ ਪਰੰਪਰਾ ਹੈ ਜਿਹਦੇ ਥੱਲੇ ਖਾਲਸਾ ਕੰਸੈਂਸਸ ਦੇ ਨਾਲ ਇਕੱਠੇ ਹੋ ਕੇ ਫੈਸਲੇ ਲੈਂਦਾ ਹੈ ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ ਕਿ ਲੱਖਾਂ ਸਿੱਖ ਹਾਲਾਂ ਸਾਰਾ ਪੰਜਾਬ ਬੰਦ ਕੀਤਾ ਗੱਡੀਆਂ ਬੰਦ ਬੱਸਾਂ ਬੰਦ ਹਰ ਚੀਜ਼ ਬੰਦ ਔਰ ਪੈਦਲ ਚੱਲਣ ਵਾਲਿਆਂ ਦੇ ਵੀ ਫੜੋ ਫੜਾਈ ਪਰ ਉਹ ਪਿਕਚਰ ਆਪਣੇ ਆਪ ਦੇ ਵਿੱਚ ਇੱਕ ਯਾਦਗਾਰੀ ਪਿਕਚਰ ਹੈ ਕਿ ਕਿਵੇਂ ਲੱਖਾਂ ਸਿੱਖ ਤਾ ਕੇ ਅਕਾਲ ਤਖਤ ਸਾਹਿਬ ਪਹੁੰਚਦੇ ਨੇ ਔਰ 26 ਜਨਵਰੀ 1986 ਦਾ ਸਰਬਤ ਖਾਲਸਾ ਫੇਰ ਕਿਉਂਕਿ ਸੰਜਨੈਲ ਸਿੰਘ ਪਿੰਡਾ ਵਾਲੇ ਸ਼ਹੀਦ ਹੋ ਚੁੱਕੇ ਨੇ ਜਨਰਲ ਸੁਭੇਕ ਸਿੰਘ ਪਾਈ ਅਮਰੀਕ ਸਿੰਘ ਫੈਡਰੇਸ਼ਨ ਦੇ ਬਹੁਤ ਸਾਰੇ ਐਕਟਿਵਿਸਟ ਦਮਦਮੀ ਟਕਸਾਲ ਦੇ ਜੁਝਾਰੂ ਸਿੰਘ ਔਰ ਜਿਹੜੇ ਦੂਸਰੇ ਨੇ ਉਜ਼ਾਰ ਹੈ ਉਹਨਾਂ ਚੋਂ ਉਹ ਇਨ ਦਾ ਹਾਈਡਿੰਗ ਨੇ ਜਾਂ ਜਿਹਦੇ ਲਈ ਉੱਥੇ ਲਫ਼ਜ਼ ਅੰਡਰਗਰਾਉਂਡ ਇਸਤੇਮਾਲ ਕੀਤਾ ਜਾਂਦਾ ਉਹ ਲੜਾਈ ਨੂੰ ਅੱਗੇ ਜਾਰੀ ਰੱਖ ਰਹੇ ਨੇ ਔਰ ਇਹ ਜ਼ਾਰ ਸੀ ਕਿ ਹੁਣ ਕੋਈ ਵੀ ਓਵਰਗਰਾਉਂਡ ਲੀਡਰਸ਼ਿਪ ਜਿਹੜੀ ਹੈ ਉਹ ਉਹਨਾਂ ਨੇ ਚੱਲਣ ਨਹੀਂ ਦੇਣੀ ਸੋ ਕਿਉਂਕਿ ਆਰਮਡ ਸਟਰਗਲ ਸ਼ੁਰੂ ਹੋ ਚੁੱਕੀ ਸੀ ਸੋ ਬਾਬਾ ਗੁਰਵਚਨ ਸਿੰਘ ਮਾਨੋਚਾਲ ਦੀ ਅਗਵਾਈ ਵਿੱਚ ਪੰਜ ਮੈਂਬਰੀ ਪੰਥਕ ਕਮੇਟੀ ਉਸ 26 ਜਨਵਰੀ 1986 ਦੇ ਸਰਬੱਤ ਖਾਲਸੇ ਵੱਲੋਂ ਯੂਨੀਨਿਮਸਲੀ ਨਾਮਿਨੇਟ ਕੀਤੀ ਜਾਂਦੀ ਹੈ ਕਿ ਏ ਹੁਣ ਪੰਥ ਦੀ ਅਗਵਾਈ ਕਰਨਗੇ ਔਰ ਉਹੀ ਪੰਜ ਮੈਂਬਰੀ ਪੰਥਕ ਕਮੇਟੀ ਫੇਰ 29 ਅਪ੍ਰੈਲ 1986 ਨੂੰ ਅੱਜ ਦੇ ਦਿਨ ਠੀਕ 35 ਸਾਲ ਪਹਿਲਾਂ ਅਕਾਲ ਤਖਤ ਤੋਂ ਐਲਾਨ ਕਰਦੀ ਹੈ ਬੇਸ਼ੱਕ ਖੰਡਰਾਤ ਬਣਾ ਦਿੱਤਾ ਗਿਆ ਸੀ ਸਭ ਕੁਝ ਔਰ ਮੀਡੀਆ ਨੂੰ ਸੱਦਿਆ ਜਾਂਦਾ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸਦਕੇ ਸਾਰੇ ਜਨਾਬ ਬੀਬੀਸੀ ਰੇਡੀਓ ਆਸਟ੍ਰੇਲੀਆ ਸਾਰੇ ਨੇ ਔਰ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਭਾਈ ਇਹ ਤੁਹਾਨੂੰ ਅਸੀਂ ਕੱਢ ਦੇਵਾਂਗੇ ਬਾਹਰ ਪਰ ਆ ਸਾਡਾ ਐਲਾਨਨਾਮ ਹੈ ਅੱਛਾ ਅਸੀਂ ਆਪਣਾ ਅਲੱਗ ਮੁਲਕ ਜਿਹੜਾ ਉਹ ਡਿਕਲੇਅਰ ਕਰ ਰਹੇ ਹਾਂ ਦੁਨੀਆ ਤੋਂ ਯੂਨ ਤੋਂ ਔਰ ਉਹਨਾਂ ਦੇਸ਼ਾਂ ਤੋਂ ਜਿਨ੍ਹਾਂ ਚ ਪਾਕਿਸਤਾਨ ਅਮਰੀਕਾ ਚਾਇਨਾ ਇੰਗਲੈਂਡ ਕੈਨੇਡਾ ਸ਼ਾਮਲ ਨੇ ਅਸੀਂ ਮਾਨਤਾ ਦੀ ਮੰਗ ਕਰਦੇ ਹਾਂ ਔਰ ਇਹ ਐਲਾਨਨਾਮ ਦੀਆਂ ਕਾਪੀਆਂ ਜਿਹੜੀ ਕਿ ਜਿਹਦਾ ਰੁਤਬਾ ਇਸ ਐਲਾਨਨਾਮ ਦਾ ਉਹੀ ਹੈ ਜੋ 4 ਜੁਲਾਈ 1776 ਦੀ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਤੇ ਅੱਛਾ ਔਰ ਇੱਕ ਹੈ ਕਿ ਜਿਹੜੇ 5 ਮੈਂਬਰਸ ਹਨ ਬਾਬਾ ਗੁਰਬਚਨ ਸਿੰਘ ਮਾਨ ਨੂੰ ਚਾਲਦੀ ਅਗਵਾਈ ਵਿੱਚ ਉਹ ਆਪਣੇ ਚੋਲੇ ਔਰ ਆਪਣੇ ਪਹਿਰਾਵੇ ਬਦਲਦੇ ਨੇ ਔਰ ਉੱਥੋਂ ਨਿਕਲ ਜਾਂਦੇ ਨੇ ਔਰ ਉਹ ਸੇਵਾਦਾਰਾਂ ਦੀ ਡਿਊਟੀ ਲਈ ਹੁੰਦੀ ਹੈ ਕਿ ਭਾਈ ਤੁਸੀਂ ਇਹਨਾਂ ਨੂੰ মিডিਆ ਵਾਲਿਆਂ ਨੂੰ ਫਿਰ ਬਾਅਦ ਚ ਖੋਲ ਦੇਣਾ ਜਦੋਂ ਅਸੀਂ ਸੇਫ ਨਿਕਲ ਜਾਈਏ ਔਰ ਜਦੋਂ ਉਹ ਨਿਕਲਦੇ ਨੇ ਫਿਰ ਦੁਨੀਆ ਭਰ ਦੇ ਵਿੱਚ ਇਹ ਆਵਾਜ਼ ਰੇਡੀਓ ਆਸਟ੍ਰੇਲੀਆ BBC ਦੂਜੇ ਅਮਰੀਕਾ ਵੌਇਸ ਆਫ ਅਮਰੀਕਾ ਕਿਸਖਾ ਨੇ ਆਪਣੀ ਆਜ਼ਾਦੀ ਦਾ ਐਲਾਨ ਕਰ ਦਿੱਤਾ ਔਰ ਸੁਰਜੀਤ ਸਿੰਘ ਬਰਨਾਲਾ ਜਿਹੜਾ ਉਸ ਵੇਲੇ ਪੰਜਾਬ ਦਾ ਪਪਟ ਚੀਫ ਮਿਨਿਸਟਰ ਸੀ ਉਹ ਦਿੱਲੀ ਚ ਬੈਠਾ ਸੀ ਨੈਸ਼ਨਲ ਇੰਟੀਗ੍ਰੇਸ਼ਨ ਕੌਂਸਲ ਜਿਹੜੀ ਰਾਜੀਵ ગાંધી ਨੇ ਬਣਾਈ ਹੋਈ ਸੀ ਉਹਦੀ ਮੀਟਿੰਗ ਚੱਲ ਰਹੀ ਸੀ ਔਰ ਉਥੋਂ ਉਹਨੂੰ ਦੁੜਾਇਆ ਦਵਾ-ਦਾਬ ਜਿਹੜਾ ਔਰ 30 ਅਪ੍ਰੈਲ 1986 ਨੂੰ ਦੂਸਰੀ ਵਾਰ ਜੂਨ 84 ਤੋਂ ਬਾਅਦ ਫੌਜ ਦੇ ਕਮਾਂਡੋ ਦਰਬਾਰ ਸਾਹਿਬ ਚ ਦਾਖਲ ਹੋ ਕੇ ਫੜੋ-ਫੜੀ ਦਾ ਸਿਲਸਿਲਾ ਸ਼ੁਰੂ ਕਰਦੇ ਨੇ ਦੂਸਰਾ ਅਟੈਕ ਹੁੰਦਾ ਪਰ ਇਹ ਜਿਹੜਾ ਖਾਲਸਤਾਨ ਦਾ ਐਲਾਨਨਾਮੇ ਡੈਕਲੇਰੇਸ਼ਨ ਹੈ ਇਹ ਹੀ ਸਾਡੇ ਲਈ ਉਹ ਡਾਕੂਮੈਂਟ ਹੈ ਜਿਸ ਦੀ ਅਗਵਾਈ ਦੇ ਵਿੱਚ ਪਿਛਲੇ 35 ਸਾਲ ਤੋਂ ਅਸੀਂ ਖਾਲਸਤਾਨ ਦੀ ਸਟਰਗਲ ਨੂੰ ਅੱਗੇ ਤੋਰ ਰਹੇ ਹਾਂ ਇਸ ਦਾ ਰੁਤਬਾ ਜਿਵੇਂ ਮੈਂ ਕਿਹਾ ਅਮਰੀਕਾ 'ਚ ਕਿਸੇ ਨੂੰ ਪੁੱਛੋ ਕਿ ਅਮਰੀਕਾ ਦਾ ਕਨਸਟੀਟਿਊਸ਼ਨ ਕਦੋਂ ਬਣਿਆ ਸੀ ਕਿਸੇ ਨੂੰ ਪਤਾ ਨਹੀਂ ਹੋਏਗਾ ਡੇਟ ਯਾਦ ਨਹੀਂ ਹੋਏਗੀ ਅੱਛਾ ਪਰ ਅਸੀਂ ਦੇਖਦੇ ਹਾਂ ਕਿ 4 ਜੁਲਾਈ ਦਾ ਦਿਨ ਅਮਰੀਕਾ 'ਚ ਇੰਡੀਪੈਂਡੈਂਸ ਡੇ ਹੈ ਵਾਸ਼ਿੰਗਟਨ ਨਿਊਯਾਰਕ ਅਮਰੀਕਾ ਦੇ ਵੱਡੇ ਸ਼ਹਿਰਾਂ 'ਚ ਆਤਿਸ਼ਬਾਜ਼ੀ ਦੇਖਣ ਦੇ ਲਈ ਦੁਨੀਆ ਭਰ ਤੋਂ ਲੋਕ ਆਂਦੇ ਨੇ ਫਾਇਰ ਵਰਕਸ ਕਿਉਂਕਿ ਡੈਕਲੇਰੇਸ਼ਨ ਕਰਨਾ ਤੁਹਾਡਾ ਰਿਜ਼ੋਲਵ ਹੁੰਦਾ ਹੈ ਅੱਛਾ ਹਾਲਾਂਕਿ ਜਦੋਂ ਅਮਰੀਕਾ ਨੇ ਡੈਕਲੇਰੇਸ਼ਨ ਕੀਤੀ 13 ਕਲੋਨੀ ਸੀ ਟੁੱਟੀਆਂ ਭੱਜੀਆਂ ਇੰਨਾ ਵੱਡਾ ਬ੍ਰਿਟਿਸ਼ Empire ਸੀ ਉਹਨਾਂ ਨੂੰ ਪਤਾ ਵੀ ਨਹੀਂ ਸੀ ਕਿ ਕਦੇ ਇੱਕ ਸੱਚ ਬਣਨਾ ਹੈ ਹਕੀਕਤ ਬਣਨਾ ਹੈ ਰੈਵੋਲਿਊ셔ਨਰੀ ਵਾਰ ਸ਼ੁਰੂ ਹੋਈ ਤਬਾਈਆਂ ਦਾ ਦੌਰ ਦੌਰਾਂ ਸ਼ੁਰੂ ਹੋਇਆ ਉਹ ਵੀ ਪੀਰੀਅਡ ਆਇਆ ਕਿ ਇੱਕ ਵੱਡੀ ਗਿਣਤੀ ਇਥੋਂ ਦੇ ਗੋਰੇ ਭੱਜ ਕੇ ਕੈਨੇਡਾ ਚਲੇ ਗਏ ਕਹਿਣ ਲੱਗੇ ਕਿ ਕੀ ਲੋੜ ਸੀ ਪੰਗਾ ਲੈਣ ਦੀ ਉਦੋਂ ਹੀ ਇੱਕ ਜਿਹੜੇ ਮਿਸਟਰ ਪੇਨ ਨੇ ਕਿਤਾਬਚਾ ਵੀ ਲਿਖਿਆ ਕਾਮਨ ਸੈਂਸ ਜਿਹਦੇ ਵਿੱਚ ਉਹਨੇ ਕਿਹਾ ਕਿ ਡਾਰਕਨੈਸ ਟ੍ਰਾਈ ਦਾ ਸੋਲ ਆਫ men ਸਨਸ਼ਾਈਨ ਪੈਟਰੀਅੋਟਸ ਵਿਦਰ ਅਵੇ ਬਟ ਦੋਜ਼ ਵਿਦ ਕਨਵਿਕਸ਼ਨ ਦੇ ਸਟੈਂਡ देयर ਗਰਾਉਂਡ ਕਿ ਇਹ ਜਦੋਂ ਔਖੇ ਦਿਨ ਆਉਂਦੇ ਨੇ ਰੂਹਾਂ ਦੀ ਪਰਖ ਹੁੰਦੀ ਹੈ ਜਿਹੜੇ ਧੁੱਪ ਚੜੀ ਤੇ ਦੇਸ਼ ਭਗਤ ਬਣੇ ਹੁੰਦੇ ਨੇ ਗੱਲਾਂ ਮਾਰਨ ਵਾਲੇ ਨੂੰ ਭੱਜ ਪੁੱਜ ਜਾਂਦੇ ਨੇ ਔਰ ਜਿਹੜੇ ਕਨਵਿਕਸ਼ਨ ਵਾਲੇ ਨੇ ਉਹ ਖਲੋਤੇ ਰਹਿੰਦੇ ਨੇ ਅਮਰੀਕਾ ਦਾ ਮੂਡ ਫੇਰ ਬਦਲਿਆ ਔਰ ਅਲਟੀਮੇਟਲੀ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਟੁੱਟੀਆਂ ਭੱਜੀਆਂ ਕਲੋਨੀ ਦੇ ਸ਼ੇਕਨ ਜੇ ਲੋਕਾਂ ਨੇ ਉਹਨਾਂ ਦੇ ਵਿੱਚ ਜਾਰਜ ਵਾਸ਼ਿੰਗਟਨ ਦੀ ਅਗਵਾਈ ਸੀ ਟਾਮਸ ਜੈਫਰਸਨ ਸੀ ਗੈਰੀ ਐਡਮਸ ਸੀ ਹੈਨਰੀ ਪੈਟ੍ਰਿਕ ਸੀ ਕਿ ਕਿਵੇਂ ਫਾਈਨਲੀ ਬ੍ਰਿਟਿਸ਼ ਐਮਪਾਇਰ ਨੂੰ ਇਹ ਮੁਲਕ ਛੱਡਣਾ ਪਿਆ ਅਮਰੀਕਾ ਉਹਨਾਂ ਦੀ ਗ੍ਰਿਫਤ ਤੋਂ ਨਿਕਲਿਆ ਔਰ ਫਿਰ 15 ਸਾਲ ਬਾਅਦ ਉਸੇ ਫਿਲਡੈਲਫੀਆ ਸ਼ਹਿਰ ਦੇ ਵਿੱਚ ਉਹਨਾਂ 13 ਕਲੋਨਾਈਜ਼ ਨੇ ਮਿਲ ਕੇ ਆਪਣਾ ਕਨਸਟੀਟਿਊਸ਼ਨ ਬਣਾਇਆ ਅਜ ਅਮਰੀਕਾ ਦੀਆਂ 50 ਸਟੇਟਾਂ ਨੇ ਉਦੋਂ ਬਹੁਤ ਸਾਰੇ ਤਾਂ ਬਾਹਰ ਸੀ ਔਰ ਅੱਧ ਪਚੱਦੇ ਉਸ ਪਾਰਟ ਸੀ ਸੋ ਇਹ ਰਿਜ਼ੋਲਵ ਹੁੰਦਾ ਇਹਨੂੰ ਐਦ ਦਾ ਦਿਨ ਕਹਿੰਦੇ ਨੇ ਪ੍ਰਣ ਦਾ ਦਿਨ ਕਹਿੰਦੇ ਨੇ ਬੇਸ਼ੱਕ ਇਹਨਾਂ 35 ਸਾਲਾਂ ਚ ਜਦੋਂ ਅਸੀਂ ਖਾਲਸਾਤਾਨ ਦੇ ਰਿਜ਼ੋਲਵ ਦੀ ਗੱਲ ਕਰਦੇ ਹਾਂ ਭਾਰਤੀ ਹਕੂਮਤ ਸਮਝਦੀ ਸੀ ਕਿ ਭਾਈ ਅਸੀਂ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਪੰਜਾਬ ਚ ਇੱਕ ਪੂਰੀ ਸਾਡੀ نسل 84 ਤੋਂ 94 ਤੱਕ ਉਹਨਾਂ ਮਾਰ ਮੁਕਾਈ ਔਰ ਪਾਰਲੀਮੈਂਟ ਦੇ ਗਲਿਆਰਿਆਂ ਦੇ ਵਿੱਚ ਇਹ ਗੱਲ ਕਰਦੇ ਸੀ ਕਿ ਸਿੱਖ ਰੋਜ਼ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ ਇਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ ਪਰ ਅੱਜ 35 ਵਰਿਆਂ ਬਾਅਦ ਉਹ ਖਾਲਸਾ ਦੁਨੀਆ ਪਾਰ ਦੇ ਵਿੱਚ ਸਾਡੇ ਕੇਸਰੀ ਨਿਸ਼ਾਨ ਵੀ ਝੂਲ ਰਹੇ ਨੇ ਖਾਲਸਾਣ ਦੀ ਸਟ੍ਰਗਲ ਵੀ ਜਾ ਰਹੀ ਹੈ ਉਹ ਕੋਵਿਡ 19 ਦੀ ਇਸ ਮੁਸੀਬਤ ਦਾ ਵਕਤ ਹੋਏ ਕੁੱਲ ਇਨਸਾਨੀਅਤ ਲਈ ਸੇਖ ਨਿਕਲੇ ਨੇ ਅੱਜ ਜਦੋਂ ਭਾਰਤ ਦੇ ਵਿੱਚ ਚਾਰ ਚਫੇਰੇ ਸ਼ਮਸ਼ਾਨ ਘਾਟਾਂ 'ਚ ਸਵੇ ਬਲ ਰਹੇ ਨੇ ਕਬਰਸਤਾਨਾਂ ਦੇ ਵਿੱਚ ਕਬਰਾਂ ਖੁੱਦ ਰਹੀਆਂ ਨੇ ਤੇ ਸਿੱਖ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਕ੍ਰਿਮੇਟ ਵੀ ਕਰ ਰਹੇ ਨੇ ਗ੍ਰੇਵਯਾਰਡਸ ਦਫਨਾਉ ਵੀ ਰਹੇ ਨੇ ਔਰ ਚਾਰ ਚਫੇਰੇ ਡੰਕਾ ਵੱਜ ਰਹੇ ਪਰ ਇਹ ਇਨਸਾਨੀ ਫਰਜ਼ ਵੀ ਹੈ ਪਰ ਸਾਡੀ ਖਾਲਸਤਾਨ ਦੀ ਸਟਰਗਲ ਬਰਾਬਰ ਜਾਰੀ ਹੈ ਔਰ 6 ਫਾਰ ਜਸਟਿਸ ਨੇ 35ਵੀਂ ਵਰੇਗਾਂ ਦੇ ਮੌਕੇ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਲਈ ਕਿ ਕਿਸੇ ਨੂੰ ਇਹ ਭੁਲੇਖਾ ਨਾ ਹੋਵੇ ਕਿ ਇਹ ਸਾਰੇ ਭੰਬਲ ਪੂਸੇ ਦੇ ਜਾਂ ਇਸ ਤ੍ਰਾਸਦੀ ਦੇ ਜਦ ਭਾਰਤੀ ਹਕੂਮਤ ਵੱਲੋਂ ਸਿੱਖਾਂ ਨੂੰ ਪੁੱਟ ਡਾਊਨ ਕਰਨ ਦੇ ਲਈ ਜੋ ਕੁਝ ਕਿਸਾਨ ਮੋਰਚੇ ਦੇ ਹਵਾਲੇ ਨਾਲ ਝੂਠੇ ਮੋਰਚ ਝੂਠੇ ਕੇਸ ਮੁਕਦਮੇ ਬਣਾਏ ਗਏ ਨੇ ਕਿ ਸਾਡੇ ਰਿਜ਼ੋਲਵ ਵਿੱਚ ਕੋਈ ਕਮੀ ਹੈ ਜਾਂ ਖਾਲਸਾਣ ਦੀ ਮੰਗ ਦੇ ਨਾਲ ਕੋਈ ਕੰਪਰੋਮਾਈਜ਼ ਹੈ ਉਹਨਾਂ ਨੇ ਕਹਲ ਦਿੱਤੀ ਸੀ ਬੇਸ਼ੱਕ ਦੁਨੀਆ ਭਰ ਦੀਆਂ ਆਪਣੀਆਂ ਰਿਪੋਰਟਸ ਹੋਣਗੀਆਂ ਅਮਰੀਕਾ ਦੇ ਹਵਾਲੇ ਨਾਲ ਅਸੀਂ ਦੇਖਦੇ ਕਿ ਵਾਸ਼ਿੰਗਟਨ ਡੀਸੀ ਜਿੱਥੇ ਸਾਡੇ ਵੀਰਾਂ ਨੇ ਵੀਰ ਬਲਵਿੰਦਰ ਸਿੰਘ ਛੱਠਾ ਉਹਨਾਂ ਦੀ ਟੀਮ ਉਹਨਾਂ ਨੇ ਜਿਹੜਾ ਕਿਉਂਕਿ ਕੁਝ ਚੀਜ਼ਾਂ ਸਿੰਬੋਲਿਜ਼ਮ ਹੁੰਦੀਆਂ ਵਰਕਿੰਗ ਡੇ ਸੀ ਵੀਕਐਂਡ ਵੀ ਰੱਖਿਆ ਜਾ ਪਰ 29 ਅਪ੍ਰੈਲ ਦੇ ਦਿਨ ਦੀ ਅਹਿਮੀਅਤ ਜਿਹੜੀ ਕਿ ਆਪਣੇ ਆਪ ਦੇ ਵਿੱਚ ਕਾਇਮ ਦਿਨ ਹੈ ਔਰ ਇਸੇ ਤਰ੍ਹਾਂ ਸਾਡੇ ਵੀਰਾਂ ਨੇ ਹਿਊਸਟਨ ਦੇ ਵਿੱਚ ਪਾਈ ਧਿਆਨ ਸਿੰਘ ਔਰ ਉਹਨਾਂ ਦੇ ਸਾਥੀ ਉੱਥੇ ਪਹੁੰਚਦੇ ਨੇ ਸੈਨ ਫਰਾਂਸਿਸਕੋ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਸ ਪਾਰਟ ਨੂੰ ਕੀਤਾ ਜਾਂਦਾ ਔਰ ਨਿਊਯਾਰਕ ਇੰਡੀਅਨ ਕੌਂਸੂਲੇਟ ਦੇ ਬਾਹਰ ਬੜੇ ਸ਼ਾਨੋ ਸ਼ੌਕਤ ਦੇ ਨਾਲ ਬਿਸ਼ੱਕ ਮੀਂਹ ਪੈ ਰਿਹਾ ਸੀ ਲੇਕਿਨ ਸਾਡੇ ਨੌਜਵਾਨ ਖਾਸ ਤੌਰ ਤੇ ਯੰਗਸਟਰਸ ਉਹ ਪਹੁੰਚੇ ਖਾਲਸਾਣ ਦੇ ਝੰਡੇ ਵੀ ਫੜੇ ਹੋਏ ਸੀ ਔਰ ਸਿੰਬੋਲਿਕ ਤੌਰ ਤੇ ਠੀਕ ਆਲਮੋਸਟ 1.5 ਵਜੇ ਦੇ ਕਰੀਬ ਖਾਲਸਾਣ ਦਾ ਝੰਡਾ ਵੀ ਲਹਿਰਾਉਣ ਦਾ ਮੈਨੂੰ ਵੀ ਸ਼ਰਫ ਆਸਲ ਹੋਇਆ ਸਾਡੇ ਨਾਲ ਚਾਰ ਸਿੰਘ ਹੋਰ ਬਾਕੀ ਸਿੱਖ ਸਿੱਖ ਯੂਥ ਆਫ ਅਮਰੀਕਾ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਾਹਰ ਸਿਕਸ ਫਾਰ ਜਸਟਿਸ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਰਾਜ ਤੋਂ ਅਸੀਂ ਗੱਲਬਾਤ ਕਰ ਰਹੇ ਹਾਂ ਸਾਡੀ ਟੀਮ ਜਿਹੜੀ ਹੈ ਗੁਰਦੁਆਰਾ ਰਿਚਮੰਡ ਹਿਲ ਕਲਚਰਲ ਸੁਸਾਇਟੀ ਵੀ ਪਹੁੰਚੀ ਹੋਈ ਹੈ ਅੱਛਾ ਕਿਉਂਕਿ ਉੱਥੇ ਅੱਜ ਗੁਰਦੁਆਰੇ ਦੇ ਵਿੱਚ ਪੰਜ ਪਿਆਰਿਆਂ ਵੱਲੋਂ ਬਰਾਬਰ ਨਿਸ਼ਾਨ ਸਾਹਿਬ ਨੂੰ ਸੈਲੂਟ ਦੇ ਕੇ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ ਉਹਦੀ ਰਿਕਾਰਡਿੰਗ ਸਾਡੇ ਕੋਲ ਹੋਏਗੀ ਆਉਣ ਵਾਲੇ ਦਿਨਾਂ 'ਚ ਅਸੀਂ ਕਰਾਂਗੇ ਔਰ ਅੱਜ ਜਿਹੜਾ ਨਿਊਯਾਰਕ ਕੌਂਸਿਲੇਟ ਦੇ ਬਾਹਰ ਇਹ ਝੰਡਾ ਲਹਿਰਾਇਆ ਗਿਆ ਇਸ ਦੀ ਕਵਰੇਜ ਜਿਹੜੀ ਹੈ 9:30 ਵਜੇ ਦੇ ਗੁਫਤਗੂ ਪ੍ਰੋਗਰਾਮ 'ਚ ਲਗਭਗ 40 ਮਿੰਟ ਦੀ ਕਵਰੇਜ ਹੈ ਸਾਡੇ ਦਰਸ਼ਕ ਦੇਖ ਸਕਣਗੇ ਔਰ ਅੱਜ ਹੀ ਓਕਲਾহোਮਾ ਸਟੇਟ ਲੈਜਿਸਲੇਚਰ ਨੇ ਖਾਸ ਤੌਰ ਤੇ ਜਿੱਥੇ ਖਾਲਸਾ ਸਾਜਨਾ ਦਿਵਸ ਨੂੰ ਰੈਕਗਨਾਈਜ਼ ਕੀਤਾ ਹੈ ਉਹਦੀ ਸਾਈਟੇਸ਼ਨ ਜਾਰੀ ਕੀਤੀ ਉਹਦੇ ਬਾਰੇ ਅਸੀਂ ਦੂਸਰਾ ਸੈਗਮੈਂਟ ਤੇ ਗੱਲ ਕਰਾਂਗੇ ਡੀਟੇਲ ਦੇ ਵਿੱਚ ਔਰ ਉਹਦੇ ਨਾਲ ਨਾਲ ਕਿਸਾਨਾਂ ਦੇ ਸੰਘਰਸ਼ ਨੂੰ ਵੀ ਔਰ ਨਵੰਬਰ 84 ਦੀ ਸਿੱਖ ਨਸਲ ਕੁਸ਼ੀ ਬਾਰੇ ਵੀ ਸਪੀਕਰਸ ਨੇ ਉਸ ਤੇ ਵਿੱਚ ਕਿਹਾ ਸੋ ਇਹ ਮੁਬਾਰਕ ਦਿਨ ਹੈ ਐਦ ਦਾ ਦਿਨ ਹੈ ਔਰ ਜ਼ਾਹਰ ਹੈ ਜਿਵੇਂ ਸੰਤ ਪਿੰਡਾਂ ਵਾਲੇ ਇਹ ਗੱਲ ਹਮੇਸ਼ਾ ਰਿਮਾਈਂਡ ਕਰਵਾਉਂਦੇ ਸੀ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ ਸੋ ਜ਼ਾਰ ਹੈ ਕਿ ਅੱਜ ਜਿੱਥੇ-ਜਿੱਥੇ ਵੀ ਖਾਲਸਤਾਨ ਡੈਕਲੇਰੇਸ਼ਨ ਡੇ ਦੀ 35ਵੀਂ ਸਾਲਗिराਹ ਮਨਾਈ ਗਈ ਉੱਥੇ ਇਸ ਦੌਰ ਦੇ 1.5 ਲੱਖ ਤੋਂ ਜ਼ਿਆਦਾ ਕੌਮ ਦੇ ਪੁੱਤਰ-ਪੁੱਤਰੀਆਂ ਨੂੰ ਜਿਹੜੇ ਆਪਣੀ ਕੁਰਬਾਨੀ ਦੇ ਕੇ ਸ਼ਹਾਦਤਾਂ ਦੇ ਕੇ ਸੁਪੁੱਤਰ-ਸੁਪੁੱਤਰੀਆਂ ਬਣੇ ਗੁਰੂ ਦੀ ਗੋਦ ਹਾਸਲ ਕੀਤੀ ਉਹਨਾਂ ਨੂੰ ਵੀ ਯਾਦ ਕੀਤਾ ਗਿਆ ਔਰ ਅਸੀਂ ਇਸ ਮੌਕੇ ਦੇ ਉੱਤੇ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਵੀਰ ਗਜਿੰਦਰ ਸਿੰਘ ਬਾਨੀ ਜਿਹੜੇ ਦਲ ਖਾਲਸਾ ਜਿਨ੍ਹਾਂ ਨੇ ਬਹੁਤ ਪਹਿਲਾਂ ਜਦੋਂ ਕਿ 70ਵਿਆਂ ਦੇ ਵਿੱਚ ਪੰਜ ਤੀਰ ਹੋਰ ਆ ਜਿਹੜੀ ਹੈ ਉਹ ਪੁਸਤਕ ਵੀ ਲਿਖੀ ਇਹਨਾਂ ਸਾਰੇ ਵਰਿਆਂ ਤੋਂ ਲਗਭਗ ਜਦੋਂ ਅਸੀਂ ਦੇਖਦੇ ਹਾਂ 37 ਵਰਿਆਂ ਤੋਂ ਜਲਾਵਤਨੀ ਚ ਨੇ ਅੱਛਾ ਪਿਛਲੇ ਦਿਨਾਂ ਚ ਪਿਛਲੇ ਹਫਤੇ ਖਬਰ ਸੀ ਕਿ ਉਹਨਾਂ ਨੂੰ ਹਾਰਟ ਦੀ ਤਕਲੀਫ ਹੋਈ ਉਹਨੂੰ ਬਿਰਧ ਉਮਰ ਵੀ ਹੈ ਹਸਪੀਟਲਾਈਜ਼ ਵੀ ਹੋਏ ਉਹ ਹੁਣ ਤੰਦਰੁਸਤ ਹੋ ਕੇ ਵਾਪਸ ਆਪਣੇ ਟਿਕਾਣੇ ਪਹੁੰਚੇ ਨੇ ਔਰ ਉਹਨਾਂ ਦੇ ਲਈ ਅਸੀਂ ਅਰਦਾਸ ਵੀ ਕਰਦੇ ਹਾਂ ਔਰ ਮੈਂ ਸਮਝਦਾ ਕਿ ਜਦੋਂ ਅਸੀਂ ਕਿਸੇ ਸੰਘਰਸ਼ ਦੀ ਕੰਟੀਨਿਉਟੀ ਨੂੰ ਦੇਖਦੇ ਹਾਂ ਤੇ ਜ਼ਾਹਰ ਹੈ ਕਿ ਇਹ ਜਿਹੜੇ ਪ੍ਰੇਰਣਾ ਰੂਪ ਹੁੰਦੇ ਨੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੁੰਦੀ ਹੈ ਜਿਨ੍ਹਾਂ ਨੇ ਕਈ ਹੁਨਾਲ ਸਿਆਲ ਮੂਵਮੈਂਟਸ ਉੱਪਰ ਵੀ ਜਾਂਦੀਆਂ ਐ ਡਾਊਨ ਵੀ ਜਾਂਦੀਆਂ ਦੇਖੇ ਹੁੰਦੇ ਨੇ ਇਹ ਧਰੂ ਤਾਰੇ ਹੁੰਦੇ ਨੇ ਜਿਵੇਂ ਰੋਸ਼ਨੀ ਵਾਲਾ ਤਾਰਾ ਦੇਖ ਕੇ ਅਸੀਂ ਤੁਰਦੇ ਹਾਂ ਕੌਮਾ ਉਹਨਾਂ ਤਾਰਿਆਂ ਦੀ ਰੋਸ਼ਨੀ ਵਿੱਚ ਤੁਰਦਿਆਂ ਨੇ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਇਹ ਸਾਡੇ ਲਈ ਜਿਹੜੇ ਨੇ ਉਹ ਰੋਸ਼ਨੀ ਨੇ ਤੇ ਫਿਰ ਇਹੀ ਹੁੰਦਾ ਕਿ ਝਲਕ ਸੁੰਦਰ ਤੋਂ ਰੋਸ਼ਨ ਪੰਦ ਹੋਏ ਕੀ ਗਮ ਜੇ ਸਿਰ ਤੇ ਪੰਡਾ ਪਾਰੀਆਂ ਜਿੰਨੀ ਮਰਜ਼ੀ ਭਾਰੀ ਪੰਡ ਹੋਏ ਗੁਲਾਮੀ ਤੋਂ ਵੱਧਰ ਤਾਂ ਕੋਈ ਪੰਡ ਨਹੀਂ ਹੁੰਦੀ ਪਰ ਜੇ ਝਲਕ ਹੈ ਨਜ਼ਰ ਆਉਂਦਾ ਹੈ ਕਿ ਤੁਸੀਂ ਉਸ ਰੋਸ਼ਨੀ ਚ ਜਾਣਾ ਹੈ ਸਾਡਾ ਤਾਂ ਸਾਰਾ ਇਤਿਹਾਸ ਅਸੀਂ ਦੋ ਵੇਲੇ ਦੇ ਅਰਦਾਸਦਾਰ ਆਂਦੇ ਕਿ ਭਾਈ ਅਲਟੀਮੇਟਲੀ ਗੁਰੂ ਨੇ ਸਾਨੂੰ ਪਾਤਸ਼ਾਹਤ ਬਖਸ਼ੀ ਹੋਈ ਹੈ ਅਸੀਂ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਸਤਾਨ ਸਿਰਜਣਾ ਇਸ ਨੂੰ ਲਿਬ੍ਰੇਟ ਕਰਵਾਣਾ ਔਰ ਭਾਈ ਗਜਿੰਦਰ ਸਿੰਘ ਜਿਹੜੇ ਸ਼ਾਇਰ ਵੀ ਨੇ ਉਹਨਾਂ ਦਾ ਕਾਫ ਸੰਗ੍ਰਹਿ ਸੁਪਨੇ ਤੋਂ ਸੰਘਰਸ਼ ਵੱਲ ਇਸ ਚੋਂ ਮੈਂ ਉਹਨਾਂ ਦੀਆਂ ਇੱਕ ਦੋ ਨਜ਼ਮਾਂ ਜਿਹੜੀਆਂ ਅੱਜ ਦੇ ਇਸ ਦਿਨ ਦੇ ਉੱਤੇ ਟੁਕਦੀਆਂ ਨੇ ਉਹਨਾਂ ਦੀ ਇੱਕ ਨਜ਼ਮ ਹੈ ਸੂਰਜ ਤੇ ਖਾਲਸਤਾਨ ਕਦ ਤੱਕ ਮੂੰਹ ਛੁਪਾ ਕੇ ਲੰਘਦਾ ਰਹੇਗਾ ਤੂੰ ਇਹ ਸੂਰਜ ਨੂੰ ਕਹਿ ਰਹੇ ਨੇ ਅੱਛਾ ਕਦ ਤੱਕ ਮੂੰਹ ਛਪਾ ਕੇ ਲੰਘਦਾ ਰਹੇਗਾ ਤੂੰ ਕਦ ਤੱਕ ਸਾਡੇ ਕੋਲੋਂ ਸੰਗਦਾ ਰਹੇਗਾ ਤੂੰ ਇੱਕ ਦਿਨ ਤਾਂ ਆਵੇਂਗਾ ਸਾਡੇ ਵੇੜੇ ਵੀ ਦੂਰ ਹੋਣਗੇ ਸਾਡੇ ਕੁੱਪ ਹਨੇਰੇ ਵੀ ਇੱਕ ਦਿਨ ਸਾਡੇ ਘਰ ਵੀ ਚਾਨਣ ਹੋਵੇਗਾ ਮੂੰਹ ਸਾਡੇ ਬੱਚਿਆਂ ਦੇ ਚਾਨਣ ਧੋਵੇਗਾ ਇੱਕ ਦਿਨ ਸਾਡੀ ਪੱਤ ਝੜ ਵੀ ਮੁੱਕ ਜਾਵੇਗੀ ਇੱਕ ਦਿਨ ਸਾਡੇ ਲਈ ਬਸੰਤ ਵੀ ਆਵੇਗੀ ਝੜਨਗੇ ਸੁੱਕੇ ਪੱਤ ਹਰੇ ਪੱਤ ਆਉਣਗੇ ਗੀਤ ਅਨੇਕਾਂ ਨਵੀਂ ਰੁੱਤ ਗਾਉਣਗੇ ਸਾਡੇ ਵੇੜੇ ਵੀ ਖਿੜਨਗੇ ਫੁੱਲ ਯਾਰੋ ਲੂ ਲੂ ਨੂੰ ਸਾਡੇ ਜਿਹੜੇ ਮਹਿਕਾਵਣਗੇ ਉਸ ਦਿਨ ਦੀ ਖਾਤਰ ਨਿਤ ਜੀਣਾ ਮਰਨਾ ਹੈ ਉਸ ਦਿਨ ਦੀ ਖਾਤਰ ਨਿਤ ਫਾਂਸੀ ਚੜਨਾ ਹੈ ਧਰ ਕੇ ਸੀਸ ਤਲੀ ਤੇ ਤੁਰਦੇ ਜਾਵਾਂਗੇ ਖਾਲਸਤਾਨ ਗੀਤ ਤੇਰੇ ਅਸੀਂ ਗਾਵਾਂਗੇ ਖਾਲਸਤਾਨ ਲਈ ਲੜਾਂਗੇ ਖਾਲਸਤਾਨ ਲਈ ਮਰਾਂਗੇ ਖਾਲਸਤਾਨ ਜ਼ਿੰਦਾਬਾਦ ਖਾਲਸਤਾਨ ਬਣਾਵਾਂਗੇ ਅੱਛਾ ਦੂਸਰੀ ਉਹਨਾਂ ਦੀ ਨਜ਼ਮ ਹੈ ਕਦਮ ਨਹੀਂ ਰੁਕਦੇ ਕਦਮ ਨਹੀਂ ਰੁਕਦੇ ਸੀਸ ਨਹੀਂ ਝੁਕਦੇ ਕਲਮ ਨਹੀਂ ਰੁਕਦੀ ਲਫਜ਼ ਨਹੀਂ ਮੁਕਦੇ ਆਵਾਜ਼ ਉੱਠਦੀ ਰਹੇਗੀ ਖਾਲਸਤਾਨ ਖਾਲਸਤਾਨ ਜੁਗੋ ਜੁਗ ਅਟਲ ਸਾਡਾ ਕੇਸਰੀ ਨਿਸ਼ਾਨ ਸਾਡੇ ਡੁੱਲੇ ਲਹੂ ਨਾਲ ਫਿਰ ਕਲਮਾਂ ਚੱਲਣ ਗਿਆ ਨਜ਼ਮਾਂ ਨੂੰ ਜਨਣ ਗਿਆ ਜੋ ਲਵਾਰਾਂ ਬਣਨ ਗੀਆਂ ਹੱਕ ਲਈ ਲੜਨ ਗੀਆਂ ਸਿਰ ਲੜਦੇ ਹੋਏ ਲੈਣਗੇ ਪਰ ਲੜਦੇ ਹੀ ਰਹਿਣਗੇ ਕਦਮ ਨਹੀਂ ਰੁਕਦੇ ਸੀਸ ਨਹੀਂ ਝੁਕਦੇ ਕਲਮ ਨਹੀਂ ਰੁਕਦੀ ਲਫਜ਼ ਨਹੀਂ ਮੁਕਦੇ ਔਰ ਤੀਸਰੀ ਨਜ਼ਮ ਜਿਹੜੀ ਮੈਂ ਸ਼ੇਅਰ ਕਰ ਰਿਹਾ ਹਾਂ ਅੱਛਾ ਜੰਗ جاری ਹੈ ਜੰਗ ਹਿੰਦ ਪੰਜਾਬ ਦਾ ਅੱਜ ਬਣਿਆ ਹਿੰਦੁਸਤਾਨ ਅਤੇ ਖਾਲਸਤਾਨ ਦਾ ਜੀ ਹੁਣ ਤਾਂ ਜ਼ਿੰਦਗੀ ਮੌਤ ਦਾ ਸਵਾਲ ਬਣਿਆ ਮੁੱਲ ਕੋਈ ਨਹੀਂ ਕਿਸੇ ਦੀ ਜਾਨ ਦਾ ਜੀ ਸਿੰਘਾਂ ਜਾਨ ਪਿਆਰੀ ਹੁਣ ਨਹੀਂ ਕਰਨੀ ਮੰਜ਼ਲ ਮਾਰਨ ਤੋਂ ਪਹਿਲਾਂ ਅਸਾਂ ਰੁਕਣਾ ਨਹੀਂ ਸਾਨੂੰ ਪਤਾ ਹੈ ਦਿੱਲੀ ਦੇ ਜ਼ਬਰਦਾਰ ਵੀ ਸਾਨੂੰ ਪਤਾ ਹੈ ਦਿੱਲੀ ਦੇ ਜ਼ਬਰਦਾਰ ਵੀ ਅਸਾਂ ਜ਼ਬਰ ਦੇ ਸਾਹਮਣੇ ਝੁਕਣਾ ਨਹੀਂ ਸਾਡੀ ਗੁੜਤੀ ਤਲਵਾਰ ਦੀ ਛੋਹ ਦੀ ਹੈ ਸਾਡੀ ਗੁੜਤੀ ਤਲਵਾਰ ਦੀ ਛੋਹ ਦੀ ਹੈ ਸਾਡਾ ਅੰਮ੍ਰਿਤ ਵੀ ਖੰਡੇ ਦੀ ਧਾਰ ਦਾ ਹੈ ਸਾਡੀ ਖੇਡ ਹੈ ਜੰਗ ਦਾ ਰੂਪ ਹੁੰਦੀ ਸਾਨੂੰ ਚਾ ਰਿਹਾ ਸੋਹਣੇ ਹਥਿਆਰਾਂ ਦਾ ਹੈ ਅਸੀਂ ਸਿਰ ਝੁਕਾ ਕੇ ਨਹੀਂ ਤੁਰਨਾ ਅਸੀਂ ਸਿਰ ਉਠਾ ਕੇ ਤੁਰਨ ਵਾਲੇ ਜਿਸ ਰਾਤੇ ਤੁਰ ਪੇ ਕਰ ਨਿਸ਼ਚੈ ਨਹੀਂ ਅਦ ਵਿਚਾਲਿਓ ਮੁੜਨ ਵਾਲੇ ਅਸੀਂ ਬਾਹਰ ਪਰਾਏ ਹੁਣ ਨਹੀਂ ਬਹਿਣਾ ਖਾਲਸਤਾਨ ਬਣਾ ਕੇ ਹੈ ਦਮ ਲੈਣਾ ਸਾਡੀ ਜੰਗ ਹੀ ਸਾਡੀ ਪਹਿਚਾਨ ਹੈ ਅੱਜ ਜੰਗ جاری ਹੈ ਜੰਗ ਨੇ ਜਾਰੀ ਰਹਿਣਾ ਖਾਲਸਤਾਨ ਜ਼ਿੰਦਾਬਾਦ ਜੀ ਰਸਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋਥਲ ਨੇ ਬ੍ਰੇਕ ਪਰ ਇਹ ਤੁਹਾਨੂੰ ਪਹਿਲਾਂ ਸੀ ਪ੍ਰਦਰਸ਼ਕਾਂ ਤੇ ਸ੍ਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਅਰਜ਼ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚਾਨਣ ਹੈ ਔਰ ਟੀਵੀ 84 ਦੀ ਚਰਦੀਕਲ ਅਲੀ ਵਾਤਵਾਦ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ 24.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ ਜੈਲ ਹਰ ਕਿਸਮ ਦਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ ਤੁਸੀਂ TV4 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-0137 Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਕਰ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 516-619-1984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ support@tv4.tv ਤੇ ਅਸੀਂ ਤੁਹਾਡੇ ਤੇ ਅਤਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਅਥੇ ਲੈਨੇ ਬ੍ਰੇਕ ਵੀਅਰਸ ਤੁਸਾਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ